ਆਪਾਂ ਹੈਗੇ ਹਾਂ ਹੁਣ ਖੇਡ ਸਟੇਡੀਅਮ ਜੈਤੋ ਦੇ, ਜਿੱਥੇ ਕਿ ਆਪ ਜੀ ਨੂੰ ਦੱਸ ਦਈਏ ਕਿ 26 ਜਨਵਰੀ ਜੋ ਕਿ ਜੈਤੋ ਪ੍ਰਬੰਧਕੀ ਕੰਪਲੈਕਸ ਵੱਲੋਂ ਹਰ ਸਾਲ ਮਤਲਬ ਇਸ ਦਾ ਆਗਮਨ ਕੀਤਾ ਜਾਂਦਾ ਹੈ, ਔਰ ਇਸ ਸਾਲ ਵੀ 26 ਜਨਵਰੀ ਜਿਹੜਾ ਇਸ ਜੈਤੋ ਹਲਕੇ ਦੇ ਵਿੱਚ ਜਿੰਨੇ ਸਰਕਾਰੀ ਅਰਧ ਸਰਕਾਰੀ ਸਕੂਲ ਜਿੰਨੇ ਵੀ ਹੈ ਉਹਨਾਂ ਦੇ ਵੱਲੋਂ ਹਰ ਸਾਲ ਇਹ ਮਨਾਈ ਜਾਂਦੀ ਹੈ, ਔਰ ਇਸ ਮੌਕੇ ਇਸ ਮੌਕੇ ਜੋ ਅੱਜ ਇਸ ਪਰੇਡ ਦੇ ਵਿੱਚ ਦੀ ਤਿਆਰੀ ਹੋ ਰਹੀ ਹੈ, ਔਰ ਇਸ ਦੇ ਵਿੱਚ ਆਪ ਜੀ ਨੂੰ ਦੱਸ ਦੇਵਾਂ ਕਿ ਇੱਥੇ ਜੈਤੋ ਤਹਿਸੀਲ ਦੇ ਨਾਇਬ ਤਹਿਸੀਲਦਾਰ ਹੀਰਾਵੰਤੀ ਜੀ ਜੋ ਕਿ ਬੱਚਿਆਂ ਨੂੰ ਆਪਣੇ ਲੈਵਲ 'ਤੇ ਫਰੀ ਬੂਟ ਦੀ ਜਿਹੜੀ ਉਹ ਸਰਵਿਸ ਦੇ ਰਹੇ ਹੈ, ਔਰ ਇਸ ਸੰਬੰਧ ਦੇ ਵਿੱਚ ਇੱਥੋਂ ਦੇ ਅਰਧ ਸਰਕਾਰੀ ਸਰਕਾਰੀ ਸਕੂਲ ਦੇ ਬੱਚੇ ਇਸ 'ਚ ਹਿੱਸਾ ਲੈ ਰਹੇ ਹੈ। ਇਹ ਜੋ ਤਿਆਰੀਆਂ ਚੱਲ ਰਹੀਆਂ ਹਨ ਇਹ 26 ਜਨਵਰੀ ਜੋ ਕਿ ਮਨਾਈ ਜਾ ਰਹੀ ਹੈ ਉਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਚੱਲ ਰਹੀਆਂ। ਅਸੀਂ ਸਟੇਡੀਅਮ 'ਚ ਇਸ ਕਰਕੇ ਪਹੁੰਚੇ ਕਿ ਵੱਖ ਵੱਖ ਇੱਥੇ ਸਰਕਾਰੀ ਅਤੇ ਪ੍ਰਾਈਵੇਟ ਅਰਧ ਸਰਕਾਰੀ ਸਕੂਲ ਦੇ ਬੱਚੇ ਇੱਥੇ ਅਸੀਂ ਸਪੈਸ਼ਲ ਪਰੇਡ ਵਾਸਤੇ ਬੁਲਾਏ ਗਏ ਕਿ ਜਿਨ੍ਹਾਂ ਨੇ ਆਪਣੇ ਕੌਮੀ ਝੰਡੇ ਨੂੰ ਸਲਾਮੀ ਦੇਣੀ ਆ। ਹੁਣ ਸਪੈਸ਼ਲ ਤੌਰ 'ਤੇ ਅਸੀਂ GOG ਦੀ ਡਿਊਟੀ ਲਾਈ ਆ ਵੀ ਉਹ ਪਰੇਡ ਚੰਗੀ ਤਰ੍ਹਾਂ ਇੱਕ ਮਤਲਬ ਬੱਚਿਆਂ ਨੂੰ ਟ੍ਰੇਨ ਕਰ ਸਕਣ ਅਤੇ ਚੰਗੀ ਤਰ੍ਹਾਂ ਮਤਲਬ ਜੇ ਸਲੂਟ ਝੰਡੇ ਨੂੰ ਸਲੂਟ ਦੇ ਸਕਣ। ਅਤੇ ਇੱਥੇ ਅਸੀਂ ਹੁੰਮ ਹੁਮਾ ਕੇ 26 ਜਨਵਰੀ ਦਾ ਦਿਹਾੜਾ ਮਨਾ ਰਹੇ ਹਾਂ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹੈਗੀਆਂ ਅਤੇ ਜੇਕਰ ਮੌਸਮ ਸਾਫ਼ ਰਿਹਾ ਤਾਂ ਇੱਥੇ ਹੀ ਮਨਾਵਾਂਗੇ ਅਤੇ ਜੇਕਰ ਮੌਸਮ ਖਰਾਬ ਹੁੰਦਾ ਦਿਸਿਆ ਤਾਂ ਸਾਡੀ ਤਿਆਰੀ ਉੱਥੇ ਵੱਖਰੇ ਤੌਰ 'ਤੇ ਦਾਣਾ ਮੰਡੀ ਵਿੱਚ ਕੀਤੀ ਗਈ ਆ, ਫਿਰ ਉੱਥੇ ਸ਼ਿਫਟ ਕਰਾਂਗੇ। ਮੈਡਮ ਝੰਡੇ ਦੀ ਜਿਹੜੀ ਰਸਮ ਹੈ ਕੌਣ ਅਦਾ ਕਰ ਰਿਹਾ? ਝੰਡੇ ਦੀ ਰਸਮ ਜੀ ਮੈਡਮ ਮਨਦੀਪ ਕੌਰ SDM ਸਾਹਿਬ ਕੋਟਕਪੁਰਾ ਅਦਾ ਕਰਨਗੇ ਅਤੇ ਇੱਥੇ ਮੈਡਮ ਲਵਪ੍ਰੀਤ ਕੌਰ ਤਹਿਸੀਲਦਾਰ ਝੰਡੇ ਦੀ ਰਸਮ ਅਦਾ ਕਰਨਗੇ।